ਟਰੱਕ ਡਰਾਈਵਰ ਅਤੇ ਕਾਰ ਵਾਲਿਆਂ ਦੇ ਵਿਚਾਲੇ ਪਹਿਲਾਂ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਗੱਲ ਹੱਥੋਂ ਪਾਈ 'ਤੇ ਜਾ ਪਹੁੰਚਦੀ ਹੈ ਅਤੇ ਫਿਰ ਮੌਕੇ 'ਤੇ ਹੀ ਗੋਲੀਆਂ ਚੱਲ ਜਾਂਦੀਆਂ ਨੇ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਹੈ। ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਟਰੱਕ ਡਰਾਈਵਰ ਸੁਲਤਾਨਪੁਰ ਲੋਧੀ ਤੋਂ ਮੱਕੀ ਨਾਲ ਭਰਿਆ ਹੋਇਆ ਟਰੱਕ ਪੱਟੀ ਦੇ ਇੱਕ ਪਿੰਡ ਨੂੰ ਲਿਆ ਰਿਹਾ ਸੀ ਅਤੇ ਰਾਹ ਦੇ ਵਿਚਾਲੇ ਹੀ ਜਦੋਂ ਪੈਟਰੋਲ ਪੰਪ ਵਿਖੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਵਰਨਾ ਗੱਡੀ ਉਸਦੇ ਟਰੱਕ ਦੇ ਅੱਗੇ ਆ ਕੇ ਖਲੋ ਗਈ, ਜਿਸ ਦੇ ਵਿੱਚ 3 ਨੌਜਵਾਨ ਸਵਾਰ ਸੀ ਅਤੇ ਜਿਨ੍ਹਾਂ ਨੇ ਬਾਹਰ ਨਿਕਲ ਕੇ ਗੱਡੀ ਤੋਂ ਟਰੱਕ ਡਰਾਈਵਰ ਦੇ ਨਾਲ ਬਹਿਸ ਕੀਤੀ। ਰਸਤਾ ਨਾ ਦੇਣ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਪਹਿਲਾਂ ਬਹਿਸ ਹੁੰਦੀ ਰਹੀ ਅਤੇ ਫਿਰ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਇੰਨੀ ਦੇਰ ਨੂੰ ਹੀ ਜੋ ਗੱਡੀ 'ਚ ਸਵਾਰ ਨੌਜਵਾਨ ਸੀ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਨੇ ਆਪਣੀ 32 ਬੋਰ ਦੀ ਪਿਸਟਲ ਦੇ ਨਾਲ ਡਰਾਈਵਰ 'ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਜ਼ਖਮੀ ਹਾਲਾਤਾਂ ਦੇ ਵਿੱਚ ਡਰਾਈਵਰ ਨੂੰ ਜਦ ਹਸਪਤਾਲ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹੀ ਉਸਦੀ ਮੌਤ ਹੋ ਗਈ। ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਡਰਾਈਵਰ ਦੀ ਮੌਤ ਹੋਈ ਹੈ। ਪਹਿਲਾਂ ਡਰਾਈਵਰ ਪੈਟਰੋਲ ਪੰਪ 'ਤੇ ਆ ਕੇ ਆਪਣਾ ਟਰੱਕ ਖਿਲਾਰਦਾ ਅਤੇ ਇੰਨੀ ਦੇਰ ਨੂੰ ਹੀ ਪਿੱਛੋਂ ਇੱਕ ਵਰਨਾ ਗੱਡੀ ਆਉਂਦੀ ਹੈ ਜਿਸ ਦੇ ਵਿੱਚ 3 ਨੌਜਵਾਨ ਸਵਾਰ ਸੀ ਅਤੇ ਰਾਹ ਨਾ ਦੇਣ ਨੂੰ ਲੈ ਕੇ ਆਪਸ ਦੇ ਵਿੱਚ ਉਹਨਾਂ 'ਚ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ, ਫਿਰ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਅਤੇ ਫਿਰ ਜਾ ਕੇ ਗੱਲ ਗੋਲੀ 'ਤੇ ਪਹੁੰਚ ਜਾਂਦੀ ਹੈ ਅਤੇ ਗੱਡੀ 'ਚ ਸਵਾਰ ਜੋ ਨੌਜਵਾਨ ਸੀ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ। ਉੱਥੇ ਦੂਸਰੇ ਪਾਸੇ ਡਰਾਈਵਰ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸਦੀ ਪਤਨੀ ਦਾ ਕਹਿਣਾ ਕਿ ਸਾਡੇ ਘਰ ਦਾ ਉਹ ਇਕੱਲਾ ਜੀ ਸੀ ਜੋ ਕਮਾਉਂਦਾ ਸੀ ਅਤੇ ਹੁਣ ਸਾਡਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ। ਅਤੇ ਉੱਥੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ, ਪੁਲਿਸ ਦੇ ਵੱਲੋਂ ਵੀ ਆਸੇ ਪਾਸੇ ਦੀ CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਇਸ ਸੰਬੰਧੀ ਜੋ ਬਣਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾ ਸਕੇ। ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਾਰ ਵਾਲਿਆਂ ਅਤੇ ਇੱਕ ਟਰੱਕ ਡਰਾਈਵਰ ਦੇ ਵਿਚਾਲੇ ਝੜਪ ਹੁੰਦੀ ਹੈ ਅਤੇ ਝੜਪ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਗੱਲ ਗੋਲੀ ਤੱਕ ਪਹੁੰਚ ਜਾਂਦੀ ਹੈ ਅਤੇ ਇਹ ਸਭ ਦੇ ਵਿਚਾਲੇ ਟਰੱਕ ਡਰਾਈਵਰ ਦੀ ਮੌਤ ਹੋ ਗਈ। ਸੁਲਤਾਨਪੁਰ ਤੋਂ ਗੱਡੀ ਲੈ ਕੇ ਆਉਂਦੇ ਸੀ, ਇੱਥੇ ਪੱਟੀ ਹੈ ਪੰਪ ਜਿਹੜਾ ਪੱਲਰ ਪੰਪ ਸੀ ਉੱਥੇ ਤੇਲ ਪਾਉਣ ਲੱਗੇ ਸੀ, 3-4 ਜਣੇ ਗੱਡੀ 'ਤੇ ਬਹਿ ਗਏ, ਇਹਨਾਂ ਨੂੰ ਉਹ ਆਪਣੇ ਵੱਲੋਂ ਜਾਂ ਬਚਾਉਣਗੇ, ਉਹਨਾਂ ਨੂੰ ਫੜ ਕੇ ਪੱਟ 'ਤੇ ਗੋਲੀ ਮਾਰਤੀਆਂ ਗੋਲੀਆਂ। ਇਸ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਜੀ? ਇਹ ਕਿਉਂਕਿ ਭਾਅ ਜੀ ਉਹਨਾਂ ਨੇ ਨਾ ਫੜ ਕੇ ਤਾਂ ਉਦੋਂ ਮਾੜੀ ਜਿਹੀ ਹੋਸ਼ ਸੀ, ਉਹਨਾਂ ਨੇ ਮੈਨੂੰ ਫੋਨ ਲਾ ਦਿੱਤਾ, ਪਤਾ ਵੀ ਮੈਨੂੰ ਗੋਲੀਆਂ ਵੱਜ ਗਈਆਂ ਅਤੇ ਆ ਜਾਏ। ਤਕਰੀਬਨ ਕਿੰਨੇ ਕੁ ਵਜੇ ਦੀ ਘਟਨਾ ਸੀਗੀ ਜੀ? ਇਹ ਭਾਈ ਦਾ 11 ਦੇ ਵਿੱਚ ਦੀ ਗੱਲ ਆ, 11 ਵਜੇ ਸਾਢੇ 11 ਦਾ ਟਾਈਮ ਸੀ। ਕੋਈ ਲੜਾਈ ਝਗੜੇ ਦਾ ਮਾਮਲਾ ਸੀ? ਕੋਈ ਲੜਾਈ ਨਹੀਂ, ਗੱਡੀ ਲੱਤ ਕੇ ਅਤੇ ਲੋਕੇ ਮਿਲ 'ਚ ਆਉਣ ਡੇ, ਰਾਤ ਉੱਥੇ ਇਹਨਾਂ ਲਾਉਣੀ ਸੀ, ਰਾਤ 'ਚ ਇਹਨਾਂ ਨੇ ਆ ਕੇ ਅਤੇ ਲੁੱਟਣ ਪਏ ਅਤੇ ਗੋਲੀਆਂ ਮਾਰਤੀਆਂ ਇਹਨਾਂ ਨੇ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਭਾਜੀ ਇਹਨੂੰ ਇਹਨਾਂ ਦਾ ਸਾਫ ਸਾਫ ਚਾਹੀਦਾ, ਮੇਰੇ ਬੱਚਾ ਵੇਖੋ ਆਨੀਆਂ ਜਾ, ਮੇਰਾ ਬੱਚਾ ਕੁੜੀ ਮੇਰੀ ਛੋਟੀ, ਸਾਡਾ ਘਰ ਦਾ ਕੋਈ ਜੀ ਨਹੀਂ, ਬਜ਼ੁਰਗ ਗਿਆ ਇੱਕ, ਉਹਨਾਂ ਨੂੰ ਨਾ ਸੁਣਦਾ ਨਾ ਕੋਈ ਕੰਨਾਂ ਸੁਣਦਾ ਨਾ ਉਹ ਕੰਮ ਕਰਨ ਜੋਗਾ, ਸਾਡਾ ਤਾਂ ਕੋਈ ਕਰਦਾ, ਹੁਣ ਜੀ ਨਹੀਂ ਰਹਿ ਗਿਆ ਕਰਦਾ ਉਹਨੂੰ ਕੌਣ ਨਾ ਕਮਾ ਕੇ। ਸੁਲਤਾਨਪੁਰ ਲੋਧੀ ਤੋਂ ਮੱਕੀ ਲੋਡ ਕਰਕੇ ਅਤੇ ਲੋਕਾ ਪਿੰਡ ਨੂੰ ਆ ਰਿਹਾ ਸੀ, ਜਦੋਂ ਉਹ ਲਾਹੌਰ ਚੌਂਕ ਪੱਟੀ ਵਿਖੇ ਪਹੁੰਚਿਆ ਅਤੇ ਉਹਦੇ ਮਗਰ ਇੱਕ ਵਰਨਾ ਕਾਰ ਆ ਰਹੀ ਸੀ, ਜਿਸ ਨੇ ਉਹਨੂੰ ਵਰਨਾ ਕਾਰ ਨੇ ਉਹਦੇ ਟਰੱਕ ਦੇ ਅੱਗੇ ਲਾ ਦਿੱਤੀ ਅਤੇ ਉਹਨੂੰ ਰੋਕ ਲਿਆ ਟਰੱਕ ਅਤੇ ਉਹਦੇ ਨਾਲ ਬਹਿਸਬਾਜ਼ੀ ਕਰ ਲੈ ਅਤੇ ਸਾਨੂੰ ਰਸਤਾ ਵੀ ਦੇ ਲਿਆ। ਇਹਦੇ ਦੌਰਾਨ ਇਹਨਾਂ ਦਾ ਜਿਹੜਾ ਹੱਥੋਂ ਪਾਈ ਹੋਈ ਸਕੱਫਲ ਹੋਈ ਆ, ਸਕੱਫਲ ਨਾਲ ਵਰਨਾ ਕਾਰ 'ਚ 3 ਨੌਜਵਾਨ ਸਨ, ਜਿਹਨਾਂ 'ਚ 2 ਮੋਨੇ ਸੀ, ਇੱਕ ਸਰਦਾਰ ਸੀ, ਇੱਕ ਨੇ ਜਿਹੜਾ ਵੈਪਨ ਕੱਢ ਕੇ 32 ਬੋਰ ਪਿਸਟਲ
ਦੇ ਨਾਲ ਉਹਦੇ ਗੋਲੀ ਮਾਰੀ ਗਿਆ, ਜੋ ਗੋਲੀ ਉਹਦੇ ਸੱਜੇ ਪੱਟ 'ਤੇ ਹਿੱਟ ਕੀਤੀ। ਮੌਕੇ 'ਤੇ ਸਾਨੂੰ ਜਿਹੜੇ ਨਾਏ ਬੱਤੀ ਬੋਰਡ ਦੇ ਦੋ ਪਿਸਟਲ ਮਿਲੇ, ਖੋਲ ਮਿਲੇ, ਜਿਸ ਤੋਂ ਕਲੀਅਰ ਹੁੰਦਾ ਹੈ ਵੀ ਇਹ ਜਿਹੜਾ ਓਫੈਂਸ ਕਾਰਨ ਜਿਹੜਾ ਵਰਤਿਆ ਗਿਆ ਵੈਪਨ ਜਿਹੜਾ ਪਿਸਟਲ ਆ ਔਰ ਬੱਤੀ ਬੋਰਡ ਦਾ ਪਿਸਟਲ ਆ। ਇਹਨੂੰ ਰਸਤੇ 'ਚ ਲੈ ਕੇ ਜਾ ਰਹੇ ਸੀ ਤਰਨ ਤਾਰਨ ਹੋਸਪਿਟਲ, ਅਤੇ ਰਸਤੇ 'ਚ ਇਹਦੀ ਜਿਹੜੀ ਜਾਂਦਾ ਡੈਥ ਹੋ ਗਈ ਆ। ਇਹਦੀ ਵਾਈਫ ਕੋਈ ਨਹੀਂ, ਬਸ ਵਾਈਫ ਦਾ ਨਾਮ ਹੈ, ਇਹਦੀ ਵਾਈਫ ਵੀ ਬਿਆਨਾਂ 'ਤੇ ਜਿਹੜਾ ਐੱਫ ਆਈ ਆਰ ਲੌਜ ਕੀਤੀ ਹੈ, ਐੱਫ ਆਈ ਆਰ ਨੰਬਰ 131 ਅੰਡਰ ਸੈਕਸ਼ਨ 103 ਠੀਕ ਔਰ 25-27 ਆਰਮਜ਼ ਐਕਟ ਥਾਣਾ ਸਿਟੀ ਪੱਟੀ ਵਿਖੇ ਦਰਜ ਕੀਤੀ। ਦੋਸ਼ੀਆਂ ਨੂੰ ਫੜਨ ਦੀ ਭਾਲ ਜਾਏ। ਹਾਂ, ਉਹਦੇ ਸੰਬੰਧ ਵਿੱਚ ਜਿਹੜੇ ਸੀ ਸੀ ਟੀ ਵੀ ਕੈਮਰਾ ਜਿਹੜੇ ਆ, ਗੱਡੀ ਦਾ ਨੰਬਰ ਕਦੀ ਪ੍ਰੋਪਰ ਟ੍ਰੇਸ ਹੋਇਆ, ਲੱਗੇ ਹੋਏ ਸਾਡੀਆਂ ਟੀਮਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਉੱਥੋਂ ਜਿਹੜੇ ਗੱਡੀ ਦੇ ਨੰਬਰ ਟ੍ਰੇਸ ਕਰਕੇ ਦੋਸ਼ੀ ਜਲਦੀ ਅਰੈਸਟ ਕਰ ਰਹੇ ਹਾਂ।